पंजाब दे विच बिजली संकट खत्म ही नहीं हो रहा। बिजली संकट करके सरकार ने इंडस्ट्री ते पाबंदियां भी लगा दित्तियां ने। दस दे कि पंजाब दे विच इसलिए बिजली संकट जड़ा है वह खड़ा हो गया है, तो इसनों लैके सरकार ने इंडस्ट्री ते जो पाबंदियां लगाई हैं सो उसनों लैके सनअतकारां दे विच खासा रोस पाया जा रहा है। पंजाब सरकार वालों हफ्ते के दो दिन इंडस्ट्री बंद करन दे हुकम तो सनअतकार खासे भड़के हुए ने। उन्हें कहा कि जिस सरकार ने जल्दी फैसला वापस ना लिया तो फिर वो सड़कों पर उतरनगे। सनअतकारां ने पंजाब सरकार के खिलाफ जबरदस्त नारेबाजी भी की थी। कैप्टन सरकार नू हर फ्रंट पे फेल सनअतकारां ने करार दिता है। उन्हें कहा कि नादरशाही फरमान सुना के सरकार कारोबारियों नू परेशान कर रही है, तो उन्होंने फैसला वापस लैण की सरकार नू मांग की थी है। अकाली सरकार पहल दे दार ते साडियां मुश्किलां सुनदी सी, ए सनअतकारां ने हुण इस नू लैके बयान दिता है। जो बिजली संकट इस वेले पंजाब दे विच है उसनू लेके हर कोई मुश्किल च नजर आ रहा है, ते आम लोग लग रहे लंबे कटा तो परेशान ने। उत्ते ही सनअतकारां उत्ते उपर जो नवी पाबंदियां लगाईआं गईआं ने उसनू लेके सनअतकार खासे रोह दे विच ने, जिन्हां वल्लों सरकार नू चिताया गया कि छेती ही फैसला सरकार वापस लए। उन्हां कहा कि सरकार बेवजह कारोबारियां नू इह फरमान सुना के परेशान कर रही है। ਜਿਹੜਾ ਸਰਕਾਰ ਨੇ ਬਿਜਲੀ ਦਾ ਕੱਟ ਲਾਇਆ ਇੰਡਸਟਰੀ ਦੇ ਸਪੈਸ਼ਲੀ ਆਪਣਾ ਲੁਧਿਆਣਾ ਮੈਨਚੈਸਟਰ ਆਫ ਈਸਟ ਮੰਨਿਆ ਜਾਂਦਾ। ਮੈਂ ਸਰਕਾਰ ਨੂੰ ਇਹ ਪੁੱਛਣਾ ਚਾਹੁੰਦਾ, ਇਹ ਸਰਕਾਰ ਕਿੰਨੀ ਦੇਰ ਤੱਕ ਇਸ ਮੈਨਚੈਸਟਰ ਆਫ ਈਸਟ ਨੂੰ ਬਣਾ ਕੇ ਰੱਖਣਾ ਚਾਹੁੰਦੀ ਹੈ? ਪਹਿਲਾਂ ਸਰਕਾਰ ਨੂੰ ਇਹ ਦੇਖਣਾ ਚਾਹੀਦਾ, ਡੇਢ ਸਾਲ ਤੋਂ ਇੱਥੇ ਕਰੋਨਾ ਦੀ ਮਾਰ ਨਾਲ ਕੰਮ ਰੁਕੇ ਹੋਏ ਆ, ਲੋਕਾਂ ਦੇ ਕੰਮ ਨਹੀਂ ਹੋਏ। ਉਸ ਵਕਤ ਕਿਸਾਨ ਅੰਦੋਲਨ ਹੋਇਆ, ਟਰਾਂਸਪੋਰਟੇਸ਼ਨ ਨਹੀਂ ਹੋਈ, ਮਾਲ ਸਾਰੇ ਅੰਦਰ ਲੱਗ ਗਏ। ਉਸ ਤੋਂ ਬਾਅਦ ਇਹ ਨਵੀਂ ਚੀਜ਼ ਲਿਆਈ ਹੈ ਸਰਕਾਰ, ਜਿਹੜਾ ਕਿ ਸਰਕਾਰ ਨੇ ਬਿਜਲੀ ਦਾ ਕੱਟ ਲਾਤਾ। ਦੋਸਤੋ ਆਪਾਂ ਕੰਮ ਕਿੱਦਾਂ ਕਰਾਂਗੇ? ਏਸੀਆਂ ਤੇ ਪਾਬੰਦੀ ਲਾਤੀ, ਇੱਥੋਂ ਤੱਕ ਕਿ ਬਾਰ ਬਾਰ ਬਿਜਲੀ ਦਾ ਜਾਣਾ ਇੰਡਸਟਰੀ ਚਲਾਉਣੀ ਬਹੁਤ ਮੁਸ਼ਕਿਲ ਹੋ ਗਈ ਹੈ। ਅੱਜ ਜਨਰੇਟਰਾਂ ਤੇ ਵੀ ਬਿਜਲੀ ਨਹੀਂ ਚੱਲ ਸਕਦੀ, ਕਿਉਂਕਿ ਜਿਹੜਾ ਡੀਜ਼ਲ ਦਾ ਰੇਟ ਹੈ ਉਹ 100 ਰੁਪਏ ਡੀਜ਼ਲ ਪੈਟਰੋਲ ਹੋ ਗਿਆ, ਔਰ ਜਿਸ ਕਰਕੇ ਇੰਡਸਟਰੀ ਨਹੀਂ ਡੀਜ਼ਲ ਤੇ ਚੱਲ ਸਕਦੀ। ਅੱਜ ਆਮ ਜਿਹੜਾ ਵਰਗ ਹੈ ਜਿੱਥੇ ਇੰਡਸਟਰੀ ਪਰੇਸ਼ਾਨ ਹੋਏ, ਆਮ ਵਰਗ ਨੂੰ ਇੰਨਾ ਮਹਿੰਗਾ ਪੈਟਰੋਲ ਤੇ ਡੀਜ਼ਲ ਲੈ ਕੇ ਆਪਣਾ ਵਹੀਕਲ ਤੇ ਕੰਮ ਕਰਤੇ ਜਾਣਾ, ਕੰਮ ਕਰਨੇ ਟਰਾਂਸਪੋਰਟ ਸਟੇਸ਼ਨ ਦਾ ਮਾਲ ਆਉਣਾ ਜਾਣਾ, ਟਰੱਕ ਆਪਰੇਟਰਾਂ ਨੂੰ, ਟੈਂਪੂ ਆਪਰੇਟਰਾਂ ਨੂੰ, ਥ੍ਰੀ ਵੀਲਰ ਵਾਲਿਆਂ ਨੂੰ, ਹਰ ਵਰਗ ਇਸ ਗੱਲ ਤੋਂ ਬਹੁਤ ਜ਼ਿਆਦਾ ਦੁਖੀ ਹੋ ਚੁੱਕਾ ਹੈ, ਪਰੇਸ਼ਾਨ ਹੋ ਚੁੱਕਾ ਹੈ। ਜਿਸ ਨਾਲ ਵਰਗ ਜਿਹੜਾ ਹੈ ਸਨਅਤਕਾਰ ਇਸ ਵੇਲੇ ਖਾਸੇ ਪਰੇਸ਼ਾਨ ਨੇ, ਔਰ ਜੋ ਸਰਕਾਰ ਵੱਲੋਂ ਇਹ ਪਾਬੰਦੀ ਲਗਾਈ ਗਈ ਹੈ ਕਿ ਹਫ਼ਤੇ ਦੇ ਵਿੱਚ ਦੋ ਦਿਨ ਇੰਡਸਟਰੀ ਬੰਦ ਰਹੇਗੀ, ਉਸ ਤੋਂ ਲੈ ਕੇ ਉਹ ਖਾਸੇ ਰੋਹ ਦੇ ਵਿੱਚ ਨੇ। ਵਿਨੇ ਦੁਆ ਦੇ ਨਾਲ ਗੱਲ ਕਰਦੇ ਹਾਂ। ਵਿਨੇ, ਜਿਸ ਤਰ੍ਹਾਂ ਦੇ ਨਾਲ ਹਾਲਾਤ ਨੇ ਲਗਾਤਾਰ ਸਨਅਤਕਾਰਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ, ਖਾਸ ਤੌਰ ਤੇ ਕੋਰੋਨਾ ਕਾਲ ਦੇ ਵਿੱਚ ਜਿਸ ਤਰ੍ਹਾਂ ਨਾਲ ਕੰਮਕਾਜ ਪੂਰੀ ਤਰ੍ਹਾਂ ਠੱਪ ਰਹੇ ਨੇ, ਲੋਕਡਾਊਨ ਰਹੇ, ਔਰ ਹੁਣ ਇਹ ਬਿਜਲੀ ਸੰਕਟ, ਔਰ ਸਰਕਾਰ ਇਸਦਾ ਕੋਈ ਹੱਲ ਕੱਢਣ ਦੀ ਬਜਾਏ ਹੁਣ ਸਨਅਤਕਾਰਾਂ ਤੇ ਜੋ ਪਾਬੰਦੀ ਲਗਾ ਦਿੱਤੀ ਗਈ ਹੈ, ਯਕੀਨਨ ਉਸ ਨੂੰ ਲੈ ਕੇ ਇਹਨਾਂ ਦੇ ਵਿੱਚ ਰੋਸ ਪਾਇਆ ਜਾ ਰਿਹਾ ਹੋਵੇਗਾ। ਜੀ ਬਿਲਕੁਲ ਰਾਧਾ, ਜਿਸ ਤਰੀਕੇ ਦੇ ਨਾਲ ਲੁਧਿਆਣੇ ਦੇ ਵਿੱਚ ਕਾਰੋਬਾਰੀ ਜਿਹੜੇ ਕਿ ਹੁਣ ਸੜਕਾਂ ਤੇ ਉਤਰਨ ਦੀ ਤਿਆਰੀ ਦੇ ਵਿੱਚ ਨੇ, ਕਿਉਂਕਿ ਹੁਣ ਸਰਕਾਰ ਨੇ ਬਿਲਕੁਲ ਸਿੱਧੇ ਤੌਰ ਦੇ ਉੱਤੇ ਉਹਨਾਂ ਦੇ ਵਾਸਤੇ ਨਾਦਰਸ਼ਾਹੀ ਫਰਮਾਨ ਜਾਰੀ ਕਰ ਦਿੱਤਾ ਹੈ। ਕਾਰੋਬਾਰੀ ਅੱਜ ਸਿੱਧੇ ਤੌਰ ਤੇ ਇਸ ਗੱਲ ਦਾ ਦੋਸ਼ ਹੈ ਕਿ ਸਰਕਾਰ ਨੇ ਉਹਨਾਂ ਦੇ ਵਾਸਤੇ ਇੰਡਸਟਰੀ ਬੰਦ ਕਰਨ ਦੇ ਜਿਹੜੇ ਆਰਡਰ ਕੀਤੇ ਨੇ ਉਹਦੇ ਵਾਸਤੇ ਟੀਮਾਂ ਵੀ ਬਣ ਗਈਆਂ ਨੇ, ਜੋ ਵੀ ਜਾਂਚ ਕਰਨਗੀਆਂ, ਕਾਰਵਾਈ ਵੀ ਕਰਨਗੀਆਂ, ਲੇਕਿਨ ਜਿਹੜੇ ਆਪਣੇ ਸਰਕਾਰੀ ਦਫ਼ਤਰਾਂ ਦੇ ਵਿੱਚ ਉਹਨਾਂ ਨੇ ਆਰਡਰ ਜਾਰੀ ਕੀਤਾ ਏਸੀ ਨਾ ਚਲਾਓ ਜਾਂ ਹੋਰ ਜਿਹੜੇ ਕੀਤਾ ਉਹਦੇ ਵੱਲ ਬਿਲਕੁਲ ਸਾਰਾ ਦਿਨ ਲਗਾਤਾਰ ਉੱਥੇ ਏਸੀ ਵੀ ਚੱਲ ਰਿਹਾ ਔਰ ਪੂਰੀ ਬਿਜਲੀ ਦੀ ਵੇਸਟੇਜ ਹੋ ਰਹੀ ਹੈ। ਇਸ ਦੇ ਬਾਵਜੂਦ ਉਸਦੇ ਵਾਸਤੇ ਕੋਈ ਵੀ ਸਰਕਾਰ ਨੇ ਕਿਸੇ ਵੀ ਤਰ੍ਹਾਂ ਦੀ ਕੋਈ ਟੀਮ ਤਿਆਰ ਨਹੀਂ ਕੀਤੀ, ਸੋ ਇਸੇ ਕਰਕੇ ਕਾਰੋਬਾਰੀਆਂ ਨੇ ਇਹ ਅਲਟੀਮੇਟਮ ਦਿੱਤਾ ਕਿ ਸਰਕਾਰ ਦੇ ਇਸ ਫੈਸਲੇ ਦੇ ਖਿਲਾਫ ਉਹ ਸੜਕਾਂ ਤੇ ਉਤਰ ਕੇ ਸਿੱਧੀ ਟੱਕਰ ਲੈਣਗੇ। ਜੀ ਬਿਲਕੁਲ, ਸਿੱਧੀ ਟੱਕਰ ਲੈਣ ਦੇ ਵਿੱਚ ਨਜ਼ਰ ਆ ਰਹੇ ਨੇ ਸਨਅਤਕਾਰ, ਔਰ ਯਕੀਨਨ ਇਸ ਵੇਲੇ ਮੁਸ਼ਕਿਲ, ਜੇ ਇਸ ਵੇਲੇ ਸੂਬੇ ਦੀ ਗੱਲ ਕਰੀਏ ਜਿੱਥੇ ਕਿ ਆਮ ਲੋਕ ਪਰੇਸ਼ਾਨ ਨੇ, ਲੰਮੇ ਕੱਟ ਲੱਗ ਰਹੇ ਨੇ, ਕਿਸਾਨਾਂ ਨੂੰ ਜਿਹੜਾ ਵਾਅਦਾ ਕੀਤਾ ਗਿਆ ਸੀ ਉਹ ਨਹੀਂ ਪੂਰਾ ਹੋਇਆ, ਸਨਅਤਕਾਰ ਪਹਿਲਾਂ ਹੀ ਜਿਹੜਾ ਮੰਦੀ ਦੀ ਮਾਰ ਚੱਲ ਰਹੇ ਨੇ, ਮਹਿੰਗਾਈ ਇਸ ਵੇਲੇ ਸਭ ਤੋਂ ਜ਼ਿਆਦਾ ਹੈ, ਪੈਟਰੋਲ ਡੀਜ਼ਲ ਦੇ ਰੇਟ ਲਗਾਤਾਰ ਵੱਧ ਰਹੇ ਨੇ, ਅਜੇ ਵਿਚਕਾਰ ਹੁਣ ਹੈ ਬਿਜਲੀ ਸੰਕਟ, ਔਰ ਸਰਕਾਰ ਲੱਗਦਾ ਨਹੀਂ ਕਿ ਇਸ ਨੂੰ ਲੈ ਕੇ ਕੋਈ ਸੰਜੀਦਾ ਹੈ। ਜੀ ਬਿਲਕੁਲ, ਸਰਕਾਰ ਦੀ ਜੇ ਗੱਲ ਕਰੀਏ ਤੇ ਸਿਰਫ ਜੇ ਤਾਂ ਅਜੇ ਕਾਰੋਬਾਰੀ ਇੱਕ ਵਰਗ ਹੁਣ ਸੜਕ ਤੇ ਆਉਣ ਲਈ ਤਿਆਰ ਹੋ ਗਿਆ, ਜੇ ਗੱਲ ਕਰੀਏ ਤੇ ਆਮ ਪਬਲਿਕ ਔਰ ਪੂਰੇ ਹਰ ਜਗ੍ਹਾ ਤੇ ਹਾਲਾਤ ਤੇ ਹੋ ਚੁੱਕੇ ਨੇ ਕਿ ਲੋਕ ਜਿਹੜੇ ਆਮ ਘਰਾਂ ਚੋਂ ਜਿਹਨਾਂ ਨੂੰ 10-10 12-12 ਘੰਟੇ ਦੇ ਬੇਨਾਮੀ ਕੱਟ ਲੱਗ ਰਹੇ ਆ ਔਰ ਸੜਕਾਂ ਦੇ ਉੱਤੇ ਖੜੇ ਆ, ਪਾਵਰ ਗ੍ਰਿੱਡਾਂ ਉਹਨਾਂ ਨੇ ਘੇਰੀਆਂ ਹੋਈਆਂ ਨੇ, ਲੇਕਿਨ ਸਰਕਾਰ ਦੇ ਉੱਤੇ ਫਿਲਹਾਲ ਕਿਸੇ ਵੀ ਤਰ੍ਹਾਂ ਦਾ ਕੋਈ ਅਸਰ ਨਹੀਂ ਹੋ ਰਿਹਾ, ਕਿਸੇ ਦੀ ਕੋਈ ਸੁਣਵਾਈ ਨਹੀਂ ਹੋ ਰਹੀ, ਸਰਕਾਰ ਪੂਰੀ ਤਰ੍ਹਾਂ ਗੂੰਗੀ ਬੋਲੀ ਬਣ ਕੇ ਕਾਫੀ ਬੰਦ ਕਰਕੇ ਬੈਠੀ ਹੈ। ਜੀ ਜੀ ਵਿਨੇ, ਸ਼ੁਕਰੀਆ ਫਿਲਹਾਲ ਦੀ ਸਾਰੀ ਜਾਣਕਾਰੀ। ਸੋ ਜੇ ਉਹਨਾਂ ਨੇ ਸਾਫ਼ ਤੌਰ ਤੇ ਕਿਹਾ ਤਾਂ ਸੜਕਾਂ ਤੇ ਉਤਰਨ ਲਈ ਉਹ ਮਜਬੂਰ ਹੋਣਗੇ, ਜੇ ਸਰਕਾਰ ਨੇ ਆਪਣਾ ਫੈਸਲਾ ਵਾਪਸ ਨਹੀਂ ਲਿਆ। ਕਿਤੇ ਨਾ ਕਿਤੇ ਹੁਣ ਸਰਕਾਰ ਦੀ ਇੱਕ ਵੱਡੀ ਜ਼ਿੰਮੇਵਾਰੀ ਬਣਦੀ ਹੈ ਕਿ ਛੇਤੀ ਇਸ ਮਸਲੇ ਨੂੰ ਹੱਲ ਕੀਤਾ ਜਾਏ ਔਰ ਨਿਰਵਿਘਨ ਬਿਜਲੀ ਦੀ ਜਿਹੜੀ ਸਪਲਾਈ ਕੀਤੀ ਜਾਏ, ਜਿਸ ਨੂੰ ਲੈ ਕੇ ਹਾਲਾਂਕਿ ਆਉਣ ਵਾਲੀ ਵਿਧਾਨ ਸਭਾ ਚੋਣਾਂ ਲੈ ਕੇ ਪੱਤਾ ਜ਼ਰੂਰ ਖੇਲਿਆ ਜਾ ਰਿਹਾ ਪਾਵਰ ਦਾ, ਲੇਕਿਨ ਫਿਲਹਾਲ ਜੋ ਹਾਲਾਤ ਨੇ
वो सरकार दे दावियां दी और जिहड़ियां होर पार्टियां लगातार दावे कर रही ने 300 यूनिट फ्री जिहड़ी बिजली दी जाएगी उस ते वड्डे सवालिया निशान लगते हैं कि इस वेले जो हालात ने पहला उस दे नाल निजिठिया जाएगा।